ਪੰਜਾਬ ਨੂੰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਦੋਸਤੋ, ਹੈ ਮੈਂ ਹਾਂ ਮਨੀਸ਼ ਬਿਆਲਾ ਅਤੇ ਅੱਜ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਇਸ ਖਾਸ ਸ਼ੋਅ ਦੇ ਵਿੱਚ। ਸਾਡੇ ਪੰਜਾਬੀ ਭਾਈਚਾਰਾ ਹਮੇਸ਼ਾ ਸਮਾਜ ਦੀ ਤਰੱਕੀ ਦੇ ਵਾਸਤੇ, ਸਮਾਜ ਨੂੰ ਅੱਗੇ ਚਲਾਉਣ ਵਾਸਤੇ ਕੁਝ ਨਾ ਕੁਝ ਉਪਰਾਲੇ ਜਿਹੜੇ ਉਹ ਕਰਦੇ ਰਹਿੰਦੇ ਨੇ ਅਤੇ ਇਹਨਾਂ ਉਪਰਾਲਿਆਂ ਦੇ ਵਿੱਚ ਖਾਸ ਤੌਰ 'ਤੇ NRI ਭਾਈਚਾਰਾ ਜਿਹੜਾ ਹੈ ਹਮੇਸ਼ਾ ਅੱਗੇ ਵੱਧ ਕੇ ਆਉਂਦਾ। ਸੋ ਸਾਡੀ ਵੀ ਇਹ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜ਼ਰੂਰ ਉਹ ਜਿਹੜੇ ਕੰਮ ਕੀਤੇ ਜਾ ਰਹੇ ਨੇ ਸਮਾਜ ਭਲਾਈ ਦੇ, ਉਹਨਾਂ ਨੂੰ ਜ਼ਰੂਰ ਤੁਹਾਡੇ ਤੱਕ ਜਿਹੜਾ ਲੈ ਕੇ ਉਪੜੀਏ। ਸੋ ਅੱਜ ਖਾਸ ਤੌਰ 'ਤੇ ਇੱਥੇ ਜ਼ਰੂਰ ਦੱਸਣਾ ਬਣਦਾ ਹੈ ਕਿ ਫਰੈਂਡਸ ਫੋਰ ਗੁੱਡ ਹੈਲਥ ਦੇ ਵੱਲੋਂ ਖਾਸ ਤੌਰ 'ਤੇ ਸ਼ਾਂਤੀ ਮਿਸ਼ਨ ਦੇ ਨਾਲ ਜਿਹੜਾ ਸਮਝੌਤਾ ਕੀਤਾ ਗਿਆ। ਸਮਝੌਤਾ ਜੇ ਕਹਿ ਸਕਦੇ ਕਿ ਇਹ ਦੋਵਾਂ ਸੰਸਥਾਨਾਂ ਦੇ ਵਿੱਚ ਤਕਰੀਬਨ 13,000 ਕਿਲੋਮੀਟਰ ਦਾ ਫਰਕ ਹੈਗਾ, ਡਿਸਟੈਂਸ ਹੈਗਾ, ਲੇਕਿਨ ਉਮੀਦ ਅਤੇ ਉਪਰਾਲਾ ਇੱਕ ਹੈਗਾ, ਇੱਕ ਜੋਤ ਹੈਗੀ ਹੈ ਕਿ ਅਸੀਂ ਸਮਾਜ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ, ਅਸੀਂ ਲੋੜਵੰਦਾਂ ਦੀ ਮਦਦ ਕਿਸ ਤਰ੍ਹਾਂ ਕਰਨੀ ਹੈ। ਅਤੇ ਜਿਹੜੇ NRI ਭਾਈਚਾਰੇ ਦੇ ਲੋਕ ਹੈਗੇ ਨੇ, ਉਹ ਜਿਹੜੇ ਪੰਜਾਬ ਵਾਸਤੇ ਲੋਕ ਨੇ, ਉਹਨਾਂ ਦੇ ਵਿੱਚ ਆਪਸੀ ਬ੍ਰਿਜ ਜਿਹੜਾ ਉਹ ਕਿਸ ਤਰੀਕੇ ਨਾਲ ਕ੍ਰੀਏਟ ਕਰਨਾ ਹੈ। ਸੋ ਇਹਦੇ ਬਾਰੇ ਜਿਹੜੀ ਵਧੇਰੇ ਜਾਣਕਾਰੀ ਦੇਣ ਦੇ ਲਈ ਅੱਜ ਖਾਸ ਤੌਰ 'ਤੇ ਇਸ ਸੰਸਥਾ ਦੇ ਚੇਅਰਮੈਨ ਬੋਬੀ ਕਲੋਟੀ ਜੀ ਸਾਡੇ ਕੋਲ ਪਹੁੰਚੇ ਹੋਏ ਨੇ, ਉਹਨਾਂ ਦਾ ਪਹਿਲਾਂ ਵੈਲਕਮ ਕਰਦੇ ਹਾਂ। ਬੋਬੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਮਨੀਸ਼ ਜੀ, ਐਂਡ ਫਸਟ ਆਫ ਆਲ ਅਗੇਨ ਆਈ ਵਾਂਟ ਟੂ ਸੇ ਥੈਂਕ ਯੂ ਟੂ ਆਲ ਜਿੰਨੇ ਵੀ ਤੁਹਾਡੇ ਦਰਸ਼ਕ ਆ ਜਿਹੜੇ ਇਹਨੂੰ ਵਾਚ ਕਰ ਰਹੇ, ਉਹਨਾਂ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਨਵੇਂ ਸਾਲ ਦੀਆਂ ਮੁਬਾਰਕਾਂ। ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਨਾਲ, ਖੁਸ਼ੀਆਂ ਭਰਿਆ, ਇਹਨਾਂ ਨੂੰ, ਤੁਹਾਡੇ ਦਰਸ਼ਕਾਂ ਨੂੰ ਵੀ ਅਤੇ ਇਹਨਾਂ ਦੇ ਪਰਿਵਾਰ ਨੂੰ ਵੀ ਨਵਾਂ ਸਾਲ ਦੇਵੇ। ਬਿਲਕੁਲ, ਕਹਿੰਦੇ ਨੇ ਕਿ ਇੱਕ ਵੀ ਜਿਹੜਾ 1,25,000 ਵੀ ਜਿਹੜਾ ਸਾਡੇ ਸਰਦਾਰਾਂ ਦੇ ਵਿੱਚ ਜਿਹੜਾ ਉਹ ਪੂਰਿਆਂ ਦੇ ਕਹਿੰਦੇ ਨੇ ਵੱਡੀਆਂ ਵੱਡੀਆਂ ਫੌਜਾਂ ਦੇ ਉੱਤੇ ਭਾਰੀ ਹੁੰਦਾ, ਲੇਕਿਨ ਇੱਕ 'ਤੇ ਇੱਕ 11 ਹੁੰਦੇ ਨੇ। ਅਤੇ ਬੋਬੀ ਕਲੋਟੀ ਜੀ ਦੇ ਨਾਲ ਸਾਡੇ ਦੀਪਕ ਬੰਸਲ ਜੀ ਬੈਠੇ ਹੋਏ ਨੇ, ਇਹ ਵੀ ਸਮਾਜ ਸੁਧਾਰਕ ਜਿਹੜੇ ਕੰਮ ਨੇ, ਜਾਂ ਕਹਿ ਸਕਦੇ ਕਿ ਜਦੋਂ ਵੀ ਲੋੜ ਪੈਂਦੀ ਹੈ ਵਿਦੇਸ਼ੀ ਧਰਤੀ ਦੇ ਉੱਤੇ ਕਿਸੇ ਵੀ NRI ਨੂੰ, ਤੇ ਹਮੇਸ਼ਾ ਅੱਗੇ ਵੱਧ ਕੇ ਆਉਂਦੇ ਨੇ। ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨੀ ਜੀ ਫੋਰ ਇਨਵਾਈਟਿੰਗ ਅਸ ਹੇਅਰ, ਐਂਡ ਬਾਕੀ ਸਾਰੇ ਦਰਸ਼ਕਾਂ ਨੂੰ, ਪੰਜਾਬ ਨਾਓ ਦੇ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਨਵਾਂ ਸਾਲ ਦੀ ਮੁਬਾਰਕ। ਬੋਬੀ ਜੀ, ਮੈਂ ਤੁਹਾਡੇ ਤੋਂ ਸ਼ੁਰੂ ਕਰਾਂਗਾ, ਕਿੱਥੋਂ ਇਹ ਦਿਮਾਗ ਦੇ ਵਿੱਚ ਆਇਆ ਕਿ ਅਸੀਂ ਜਿਹੜੀ ਤੁਹਾਡੀ ਸੰਸਥਾ ਹੈਗੀ ਹੈ ਫਰੈਂਡਸ ਫੋਰ ਗੁੱਡ ਹੈਲਥ, ਅਤੇ ਨਾਲ ਹੀ ਜਿਹੜਾ ਉਹ ਸ਼ਾਂਤੀ ਮਿਸ਼ਨ ਨੂੰ ਆਪਸ ਦੇ ਵਿੱਚ ਜੋੜਨਾ, ਇਹ ਕਿੱਥੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਜਿਹੜਾ ਆਈਡੀਆ ਆਉਂਦਾ? ਅਸਲ 'ਚ ਇਹ ਮੇਰੇ ਦਿਮਾਗ ਦੇ ਵਿੱਚ ਆਈਡੀਆ ਨਹੀਂ ਸੀਗਾ ਜੀ। ਸਾਡੀ ਆਰਗਨਾਈਜੇਸ਼ਨ ਫਰੈਂਡਸ ਫੋਰ ਗੁੱਡ ਹੈਲਥ ਜਿਹੜੀ ਮੈਂ ਸ਼ੁਰੂ ਕੀਤੀ ਸੀ ਕੋਈ 10 ਸਾਲ ਪਹਿਲੇ ਜੀ, ਅਸੀਂ ਪੂਰੇ ਵਰਲਡ ਦੇ ਵਿੱਚ ਜਸਟ ਲਾਈਕ ਏ ਡਾਕਟਰ ਵਿਦਆਊਟ ਬਾਰਡਰਸ, ਅਸੀਂ ਲੈ ਕੇ ਜਾਂਦੇ ਡਾਕਟਰਸ ਨੂੰ, ਜਾਂ ਕਿਤੇ ਕੋਈ ਅਰਥਕੁਏਕ ਹੁੰਦਾ ਜਾਂ ਕੋਈ ਐਸੀ ਜਿਹੜੀ ਨੈਚੁਰਲ ਡਿਜ਼ਾਸਟਰ ਹੈ ਉਹਦੇ 'ਚ ਅਸੀਂ ਮਦਦ ਕਰਦੇ ਹਾਂ। ਰੀਸੈਂਟਲੀ ਵੀ ਡੋਨੇਟਿਡ ਮੋਰ ਦੈਨ $3 million ਵਰਥ ਕਲੋਥ ਟੂ ਡਿਫਰੈਂਟ ਡਿਫਰੈਂਟ ਕੰਟਰੀਜ, ਡਿਫਰੈਂਟ ਡਿਫਰੈਂਟ ਚਰਚਿਸ। ਆਈ ਵਰਕ ਵਿਦ ਟੋਏ ਫੋਰ ਟਾਰਸ, ਵਿਦ US ਮਰੀਨਸ, ਵਿਦ ਮੇਜਰ ਚੱਕ ਬ੍ਰਾਈਡ, ਐਂਡ ਆਈ ਲਰਨ ਫਰੋਮ ਦੋਜ ਔਰਗਨਾਈਜੇਸ਼ਨਸ ਹਾਓ ਵੀ ਕੈਨ ਹੈਲਪ ਔਨ ਏ ਲਾਰਜਰ ਸਕੇਲ। ਓਕੇ, ਸੋ ਟੂ ਹੈਲਪ ਪੀਪਲ ਇਨ ਲਾਰਜਰ ਸਕੇਲ ਯੂ ਆਲਵੇਜ਼ ਨੀਡ ਅਦਰ ਔਰਗਨਾਈਜੇਸ਼ਨ ਟੂ ਜੁਆਇਨ ਹੈਂਡਸ ਟੁਗੈਦਰ, ਈਵਨ ਦੋ ਦੇ ਐਵਰੀਬਡੀਜ਼ ਆਈਡੀਆ ਇਜ਼ ਟੂ ਵਰਕ ਟੁਗੈਦਰ ਟੂ ਡੂ ਦ ਗੁੱਡ ਡੀਡ। ਇਫ ਯੂ ਪੁੱਟ ਯੂਅਰ ਈਗੋ ਸਾਈਡ ਐਂਡ ਯੂ ਓਨਲੀ ਵਾਂਟ ਟੂ ਡੂ ਦ ਰਾਈਟ ਥਿੰਗਸ, ਸੋ ਦੈਟਸ ਵੈਨ ਯੂ ਵਾਂਟ ਟੂ ਜੁਆਇਨ ਹੈਂਡ ਟੁਗੈਦਰ। ਐਂਡ ਇਨ ਦੈਟ ਸਿਚੁਏਸ਼ਨ ਏ ਫਰੈਂਡ ਆਫ ਮਾਈਨ ਵਨ ਡੇ called me and said, your friend Baba Lakha Singh ji from Nanaksari is here, and that was actually Jay Singh from Ham Hindustani newspaper. Okay. He called me and Papu Obrai, and I said I happy to see him. He came over. I known to Baba Lakha Singh ji before he became Baba ji. He was working with Baba Sadhu Singh ji, and so I known to him as a friend. So now he's a head of Nanaksar Gurdwara. Mm-hmm. So when we got together and I asked him, what do you guys do, how the seva goes in Gurdwaras, and beside having a confarts and langars, what else you do? Mm-hmm. And social things. And he told me that they do live green, work green, and plant trees for green, environmental work. Then he told me about PGI hospital, how they do almost over 4,000 meals a day for the patient and their families who come from the villages, but in the city they don't have other resources, so they do that seva.
Then they told me how they do have a senior citizens center. They told me about the school they have. They told me about the hospital they have. So I thought, you know, it's not just a Gurdwara to teaching religious only. It's also working beyond humanity, humanitarian work, which we do. So I say, we never been to India. Mm-hmm. So why not we join hands together? And Deepak ji, you know, he's a one of our vice chair of our organization. He and many others who I proposed, and they all agreed, it's a great idea. Let's go work together and help our sister brothers. You know, oh, kende na saade pinda jehda bole ohi munda ohi kunda khole. Main inhan nu keh ditta ni, within 2 weeks, 3 weeks, he told me, I had to go to India. Mm-hmm. I said, for what? They said, you are going for a pre-mission meetings, and there's another, a very good things they do, bring a young couples who can't afford to get married economically, or the families can't afford to, because this is the 2 ways against the dowry system. So when they do this events, they have young couples comes in, their families and others, and I end up attending that ceremony. We actually joined them to help them in the same time, and it was very interesting. It was over 250,000 people who attended. ਜਿਹੜੀ ਖਾਸ ਤੌਰ ਤੇ ਤੁਹਾਡਾ ਸੋਸ਼ਲ ਮੀਡੀਆ ਆਪਾਂ ਫੇਸਬੁੱਕ ਦੀ ਗੱਲ ਕਰਦੇ ਹਾਂ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਮੇਨ ਉਹੀ ਪ੍ਰਮੋਟ ਹੈਗਾ ਉਹਦੇ 'ਚ ਤੁਹਾਡੇ ਏਸ਼ੀਅਨ ਫਰੈਂਡ ਘੱਟ ਨੇ ਅਤੇ ਜਿਹੜੇ ਅਮੈਰੀਕਨ ਫਰੈਂਡ ਨੇ ਉਹ ਜ਼ਿਆਦਾ ਹੈਗੇ ਨੇ ਬਟ ਜਦੋਂ ਤੁਸੀਂ ਉਹ ਮਾਸ ਮੈਰਿਜਸ ਦੀ ਪਿਕਚਰ ਪਾਉਂਦੇ ਹੋ ਤਾਂ ਉਹਨਾਂ ਦਾ ਰਿਐਕਸ਼ਨ ਕੀ ਹੈ ਕੀ ਹੋ ਰਿਹਾ ਹੈ ਦੇ ਆਰ ਸਰਪ੍ਰਾਈਜ਼ਡ ਸਰਪ੍ਰਾਈਜ਼ਡ ਨਾਟ ਰੀਅਲੀ ਬਟ ਇੰਟਰਸਟਿਡ ਓਕੇ ਟੂ ਨੋ ਵਟ ਇਜ਼ ਇਟ ਹਾਊ ਦਿਸ ਹੈਪਨਸ they are aware of I think Sangmang Moon, the Korean leader, one who used to do this kind of events. Okay. Even he done it in America, and very similar. I tried to give them the what exactly it is, but I explained to them how this non-profit organization or religious organization or the people who care about our young generation to help them. In old time, people already knew about the dowry system, mm-hmm. but they did not know how to fight with the dowry system. This is a publicly, the couples who can't afford to get married, and it was very interesting. Their questions was interesting, and I felt my trip was helpful, that I learned so much from it, and I was able to explain to them how so many good people, so many good leaders, a religious leader from every famous, you can say Gurdwara, if it's Anandpur Sahib or Bangla Sahib, or if it was Harmandir Sahib, if it was Hajur Sahib or Patna Sahib, all their top head was there in this ceremony. It was very, very interesting. But to see all these people getting married in the presence of our Guru Maharaj Ji Hajuri De Vich, it was very, very interesting. But it's not was only Sikh families. It was the Hindu families as well as some Muslim families also got married, even though they got the nikah, but they all witnessed in the same ceremony. ਦੀਪਕ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਬਹੁਤ ਸਾਰੀ ਆਪਣੇ ਐਨਆਰਆਈਜ਼ ਜਿਹੜੇ ਹੁੰਦੇ ਨੇ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਆਪਣੇ ਪੰਜਾਬ ਦਾ ਕੁਛ ਨਾ ਕੁਛ ਭਲਾ ਜਿਹੜਾ ਕਰ ਸਕੀਏ ਇਕੱਲੇ ਇਕੱਲੇ ਵੀ ਕਈ ਵਾਰ ਐਫਰਟ ਜਿਹੜੇ ਕੀਤੇ ਜਾਂਦੇ ਨੇ ਪਰ ਜਦੋਂ ਦੋ ਵੱਡੀ ਆਰਗਨਾਈਜੇਸ਼ਨ ਜਿਹੜੀਆਂ ਆਪਸ 'ਚ ਆ ਕੇ ਜੁੜਦੀਆਂ ਨੇ ਉਹਦਾ ਇੰਪੈਕਟ ਇੱਕ ਬਹੁਤ ਵੱਡਾ ਪੈਂਦਾ ਸੋ ਤੁਹਾਨੂੰ ਕੀ ਫੀਲ ਹੁੰਦਾ ਜਦੋਂ ਇਹ ਤੁਸੀਂ ਤੁਹਾਨੂੰ ਇੱਕ ਆਈਡੀਆ ਦੱਸਿਆ ਇਹਨਾਂ ਨੇ ਗੱਲਬਾਤ ਕੀਤੀ ਕਿ ਆਪਾਂ ਇਸ ਤਰ੍ਹਾਂ ਮਰਜ ਕਰ ਸਕਦੇ ਹਾਂ ਅਤੇ ਅਸੀਂ ਇੱਕ ਸੁਸਾਇਟੀ ਦੇ ਭਲੇ ਵਾਸਤੇ ਕੰਮ ਕਰ ਸਕਦੇ ਹਾਂ ਤਾਂ ਤੁਹਾਡੇ ਦਿਮਾਗ 'ਚੋਂ ਕੀ ਆਈਡੀਆ ਸੀ ਉਸ ਵੇਲੇ ਦੇਖੋ ਜੀ ਜਿਹੜੀ ਸਾਡੀ ਫਰੈਂਡਸ ਫੋਰ ਗੁੱਡ ਹੈਲਥ ਹੈਗੀ ਹੈ ਜੀ ਔਰਗੇਨਾਈਜੇਸ਼ਨਸ ਅਸੀਂ ਦੂਸਰੀਆਂ ਜਿਹੜੀਆਂ ਸਾਊਥ ਸੈਂਟਰਲ ਅਮੈਰੀਕਨ ਜਿਹੜੀਆਂ ਹੈਗੀਆਂ ਉੱਥੇ ਉਹ ਵੀ ਸਾਰੇ ਡਾਕਟਰਸ ਵਗੈਰਾ ਨੂੰ ਲੈ ਕੇ ਉੱਥੇ ਮੈਡੀਸਨਸ ਬੱਚੇ ਬੁੱਢੇ ਯਾਨੀ ਕਿ ਜਿਹੜੇ ਬੰਦੇ ਮੈਡੀ ਅਫੋਰਡ ਨਹੀਂ ਕਰ ਸਕਦੇ ਮੈਡੀਕਲ ਟ੍ਰੀਟਮੈਂਟਸ ਔਰ ਉਹਨਾਂ ਨੂੰ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਅਮੈਰੀਕਾ ਦੇ ਵਿੱਚ ਟ੍ਰੀਟੇਬਲ ਹੈਗੀਆਂ ਉੱਥੇ ਨਹੀਂ ਆ ਉਹ ਡਾਕਟਰਸ ਨੂੰ ਉੱਥੇ ਜਾ ਕੇ ਉਹਨਾਂ ਨੂੰ ਦਿਖਾਉਣ ਦਾ ਅਤੇ ਫਰੀ ਮੈਡੀਕੇਸ਼ਨ ਦਾ ਮੌਕਾ ਮਿਲਦਾ ਹੈ ਅਸੀਂ ਇਸ ਤਰ੍ਹਾਂ ਦੇ ਕੰਮ ਕਰ ਰਹੇ ਸੀਗੇ ਔਰ ਸਾਡੀ ਔਰਗੇਨਾਈਜੇਸ਼ਨ ਵਗੈਰਾ ਅੰਡਰ ਦੀ ਗਾਈਡੈਂਸ ਔਫ ਬੌਬੀ ਜੀ
ਪਰ ਯਾਨੀ ਕਿ ਜਦੋਂ ਅਸੀਂ ਬਾਬਾ ਲੱਖਾ ਸਿੰਘ ਜੀ ਬਾਰੇ ਸੁਣਿਆ, ਬੋਬੀ ਜੀ ਨਿਊ ਹਿਮ ਵੈਰੀ ਵੈਲ ਬਿਫੋਰ ਦੈਟ, ਅਤੇ ਸਾਨੂੰ ਉਹਨਾਂ ਦਾ ਜਿਹੜਾ ਮਾਸ ਮੈਰਿਜਿਸ ਵਗੈਰਾ, ਫਿਰ ਜੀ ਉਹਨਾਂ ਨੇ ਸੀਨੀਅਰ ਸੈਂਟਰ ਖੁੱਲ੍ਹੇ ਵੇ ਆ ਉੱਥੇ ਬਜ਼ੁਰਗਾਂ ਦੀ ਸੇਵਾ ਵਾਸਤੇ ਅਤੇ ਹੋਰ ਭਲਾਈ ਦੇ ਜਿਹੜੇ ਉਹ ਕੰਮ ਕਰ ਰਹੇ ਆ। ਫਿਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਹੁਣ ਵਾਤਾਵਰਨ ਬਣ ਰਿਹਾ ਹੈਗਾ, ਸਾਨੂੰ ਟਰੀਜ਼ ਦੀ ਜ਼ਰੂਰਤ ਹੈ, ਅਤੇ ਬਾਬਾ ਲੱਖਾ ਸਿੰਘ ਜੀ ਉਹਨਾਂ ਦੀ ਔਰਗੇਨਾਈਜੇਸ਼ਨ ਵਗੈਰਾ ਇਸ ਚੀਜ਼ ਦੇ ਵਿੱਚ ਗ੍ਰੀਨ ਵੱਲ ਬੜਾ ਧਿਆਨ ਦੇ ਰਹੇ ਹੈਗੇ ਆ। ਤਾਂ ਸਾਨੂੰ ਇਹ ਹੋਇਆ ਵੀ ਸਾਨੂੰ ਵੀ ਰਲ ਕੇ ਇਹਨਾਂ ਦੇ ਨਾਲ, ਜੇ ਅਸੀਂ ਆਪਦੇ ਵੱਲੋਂ ਜਿਹੜੇ ਸਾਡੇ ਅੱਛੇ ਪੁਆਇੰਟਸ ਹੈਗੇ ਆ, ਅਸੀਂ ਮੈਡੀਕਲ ਟ੍ਰੀਟਮੈਂਟਸ ਵਗੈਰਾ ਦੇ ਇਹ ਚੀਜ਼ਾਂ ਦੇ ਵੱਲ ਝੁਕਾਵ ਕਰੀਏ, ਅਤੇ ਉਹਨਾਂ ਦੀ ਔਰਗੇਨਾਈਜੇਸ਼ਨ ਨਾਲ ਮਿਲ ਕੇ ਇੱਕ ਅੱਛਾ ਸੰਦੇਸ਼ ਜਾਂਦਾ ਹੈ ਵਰਲਡ ਦੇ ਵਿੱਚ, ਜਿਹਦੇ ਨਾਲ ਬੈਟਰਮੈਂਟ ਫੋਰ ਹਿਊਮੈਨਿਟੀ, ਵੀ ਕੈਨ ਡੂ ਮੱਚ ਮੋਰ ਬੈਟਰ। ਅਤੇ ਸਾਡੇ ਦਿਮਾਗ ਦੇ ਆਈਡੀਆ, ਫਿਰ ਮੈਂ ਬੋਬੀ ਜੀ ਨਾਲ ਜਦੋਂ ਸਾਡੇ ਨਾਲ ਉਹਨਾਂ ਨੇ ਸ਼ੇਅਰ ਕੀਤਾ, ਅਤੇ ਐਵਰੀਬਾਡੀ ਜੰਪ ਟੂ ਦਾ ਕੰਕਲੂਜ਼ਨ ਵੀ ਇਹ ਸਾਨੂੰ ਕੰਮ ਕਰਨਾ ਚਾਹੀਦਾ। ਅਤੇ ਫਿਰ ਬੋਬੀ ਜੀ ਨੂੰ ਲੀਡ ਲੈਣੀ ਪਈ, ਦੇਖੋ ਕਿ ਸਾਡੇ ਹੈੱਡ ਤਾਂ ਇਹੀ ਹੈ, ਮੈਂ ਕਿਹਾ ਜੀ ਤੁਹਾਨੂੰ ਜਾਣਾ ਪੈਣਾ ਇੱਕ ਵਾਰੀ, ਅਤੇ ਫਿਰ ਬੋਬੀ ਜੀ ਫਿਰ ਇੰਡੀਆ ਜਾ ਕੇ। ਆਈ ਵਾਂਟ ਟੂ ਸੇ ਥੈਂਕ ਯੂ ਟੂ ਦੀਪਕ ਜੀ ਐਂਡ ਆਲ ਅਦਰ ਅਵਰ ਬੋਰਡ ਆਫ ਡਾਇਰੈਕਟਰਸ ਹੂ ਰੀਅਲੀ ਜੰਪਡ ਇਨ ਐਂਡ ਕੰਟਰੀਬਿਊਟ। ਵੀ ਡੋਂਟ ਆਸਕ ਐਨੀ ਕੰਟਰੀਬਿਊਸ਼ਨ, ਦ ਕੰਟਰੀਬਿਊਸ਼ਨ ਆਫ ਦ ਗਾਈਡੈਂਸ, ਲੈਟਸ ਡੂ ਦਿਸ, ਲੈਟਸ ਡੂ ਦੈਟ। We usually try to not to ask no financial support from anybody. We do it our own. Mm-hmm. And but we had treated people last our trip, we treated almost over 7,000 people. Sometimes they're the people who never seen a simple visit to the doctors. It's very humbling when you make a difference in somebody's life. Our organization's motto is, and I believe there is no better gift to the humanity than a good health. Earlier you mentioned you are serving in all around the world and you have a branches in every country, but especially when you go to the Punjab, how it close to your heart and what make a difference especially? You asked me one question before. In social media, most of my, majority of my, 98% of my friends, they are non-Indians. Mm-hmm. I don't look at it that way. Mm-hmm. A friend is a friend. It does not describe. I don't look at it where they come from. I look at it their friend or not. Okay. And same way, when it's come to a Punjab, yes, it make a difference. I born there and I know the language. But when in your heart, you love all the people and you want to help the people, mm-hmm. it doesn't make much difference. You just want to do it. It's natural effect. Someone you know, you feel the pain and joy more. So it is more close to my heart. It doesn't matter where it is, but let's do the seva, let's do the work. It kam karne na matlab hai, oda phal ki milda, oh si nahi ginde. I'm sorry to interrupt you, but Deepak ji and all of our majority of the board members who had actually suggested me, since I come from there and even Deepak ji came from very close to Nanak Sahib, and they really want us to do the program in India, especially in Punjab. So are we going to make an announcement? Even Deepak ji did not heard what are we going to do, because we didn't get chance to talk about it. Mm-hmm. We're going to do 5 cities in India. Okay. And 2 of them we're going to do it in Punjab. And then one we do in Delhi, one we do in Rajasthan, probably in Jaipur, in the under the leadership of Dr. Mrs. Arya, because she wanted to do it, she had done it with me other programs, and one we will do it probably in Bombay. And so I had made a relationship with some of the hospitals already, and I'm expecting at least 100 minimum doctor to go with us on that's, this trip. That's great. Hopefully more, but 100 for sure on every category. ਜਦੋਂ ਬੋਬੀ ਜੀ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੇ ਜਿਹੜੇ ਸੰਸਥਾਵਾਂ ਦੇ ਮੁਖੀ ਹੁੰਦੇ ਨੇ ਖਾਸ ਤੌਰ 'ਤੇ, ਉਹਨਾਂ ਦਾ ਹੁੰਦਾ ਕਿ ਧਨ ਦੀ ਸੇਵਾ ਕਰ ਦਿਓ,
ਹਰ ਕੋਈ ਕਹਿੰਦਾ ਕਿ ਪੈਸੇ ਦੀ ਲੋੜ ਹੁੰਦੀ ਹੈ ਸੰਸਥਾਵਾਂ ਨੂੰ ਚਲਾਉਣ ਵਾਸਤੇ, ਪਰ ਜਦੋਂ ਧਨ ਦੇ ਨਾਲ ਨਾਲ ਜਦੋਂ ਤਨ ਦੀ ਵੀ ਅਸੀਂ ਉਹਨਾਂ ਨੂੰ ਦੇਣ ਦਿੰਦੇ ਕਿ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ, ਅਸੀਂ ਤੁਹਾਡੇ ਨਾਲ ਹੁੰਦੇ ਹਾਂ, ਸਾਡੇ ਵਲੰਟੀਅਰ ਆ ਕੇ ਜੁੜਦੇ ਨੇ, ਸਾਡੇ ਬੋਰਡ ਆਫ ਡਾਇਰੈਕਟਰ ਤੁਹਾਡੇ ਨਾਲ ਆ ਕੇ ਜੁੜਦੇ ਨੇ, ਅਤੇ ਉਹ ਰਿਐਕਸ਼ਨ ਜਿਹੜਾ ਸੀ ਉਹ ਬਾਬਾ ਲੱਖਾ ਸਿੰਘ ਜੀ ਉਹਨਾਂ ਦਾ ਕਿਸ ਤਰੀਕੇ ਦਾ ਸੀ? ਜੋ ਤੁਸੀਂ ਕਿਹਾ ਕਿ ਵੀ ਆਰ ਰੈਡੀ ਟੂ ਇੱਕ ਬ੍ਰਿਜ ਬਣਾਉਣ ਲਈ ਅਸੀਂ ਤਿਆਰ ਹਾਂ, ਵੈਰੀ ਜੋਇਫੁਲ, ਹਾਂਜੀ, ਵੈਰੀ ਬਲੈਸਿੰਗ, ਐਂਡ ਜਸਟ ਟੂ ਲੈਟ ਯੂ ਨੋ, ਰਾਈਟ ਔਨ ਇਮੀਡੀਏਟ ਆਫਟਰ ਅਵਰ ਮਰਜ ਔਨ ਦਿਸ ਸੈਲੀਬ੍ਰੇਸ਼ਨ ਆਫ us getting together for the good cause, Baba Lakha Singh ji was honored by our local government officials from the town, county, state and the national level with the citation to Nanak Sahib Gurdwara and their organization, especially to Baba Lakha Singh ji, which Deepak ji took the lead to do that, and it was joyful, you know, when we don't ask money to anyone. Mm-hmm. Even our doctors, they spend their own money to travel, they spend their own money to stay, they volunteer their time, which is much more than the money, because every day, this is very interesting, Dr. Upal, Rajinder Upal, and Dr. Arya, Dr. Jaberi, and I'm sorry to say two of our doctors who are no longer with us, just recently passed away, Dr. Arvind Shah and Dr. Mukhi. When we finished the trip, unanimously they said, this was the most satisfying trip they made in their life, more than the money they all day, every day they make. Mm-hmm. You know, for me to hear that from these very well experienced the people who devoted their life in a medical field, that this is made the difference in their life and were more satisfying than any vacation they ever gone to. So I have to give credit to all those doctors, Dr. Bhupi Patel and then Dr. Vijay Shah, every single doctor who gone from America to Central America with us. It was my humble thanks to them. They humbled me. They worked so hard. They weren't working 9 to 5. Trust me, they was working 7 to 7 or sometimes 7 to 9. It was 12, 14 hours a day. And they did not turn any patient back. And it was very humbling. Each time, it doesn't matter if we was in El Salvador, if we was in Guatemala, if we was in Colombia, or we was in any other country, no matter what the mission was, mission success not go to Bobby Kumar Kaloti. It goes to every other person who join in, believe in, to do this. If it doesn't matter if it's by the Deepak ji, everybody had something to do with it. Our assistant who was working with us, she's from Colombia, Carmen Horan. Mm-hmm. She was, the poor woman hardly was sleeping 2 hours because some places we didn't even have the food. So she ended up cooking the food, feeding the people, me and him. You can see some of the picture working together. So everybody, every doctor, every nurse, every local volunteers, it credit goes to everyone. Mm-hmm. I probably did the least, but I thank you every one of them. Let's go back to the 10 year when you started this and when this really idea was came up. Then you think that moment, okay, we can make a such kind of big negotiation and we can create such a big bridge. I believe in a very simple philosophy. Mm-hmm. You just put the seed. How big that tree or plant going to be, it's the time take, it's time and you will know. Sometime you put so many seeds, some of them never grow up. I say at least start. Idea is only good if you implement it. Otherwise, no idea is a good idea. Good idea is just go and implement it. Don't look the rewards. Mm-hmm. It's how you think. You want to do, it's not, you know, you go to, I seen when you go to Gurdwara, go to the temple, go to the church,
People give maybe $100, they want to make the biggest announcement. Or if they give bigger money, they want a bigger announcement, they want a bigger name on it. To me, the idea is do the right things if that's what you want, and that reward will be, it will be bigger name. So bigger name is about do the work, not your name. Okay. Can you tarun bina na raj chale hain, raj bina sab dale mile hain. ਲੇਕਿਨ ਮੈਂ ਤੁਹਾਡੀ ਇੱਕ ਉਹ ਵੇਖ ਰਿਹਾ ਸੀ ਫੇਸਬੁੱਕ ਦੇ ਉੱਤੇ ਵੀਡੀਓ ਐਨ ਆਰ ਆਈਸ ਜ਼ਿਆਦਾ ਉਹਦੇ ਉੱਤੇ ਧਿਆਨ ਨਹੀਂ ਦਿੰਦੇ ਕਈ ਵਾਰੀ ਇਹੋ ਜਿਹੀ ਚੀਜ਼ਾਂ ਦੇ ਉੱਤੇ ਉਹ ਕਹਿੰਦੇ ਨੇ ਕਿ ਠੀਕ ਹੈ ਯਾਰ ਚੱਲਦਾ ਕਿਉਂਕਿ ਅਸੀਂ ਆਪਣੇ ਆਪ ਨੂੰ ਬਹੁਤ ਸੈਪਰੇਟ ਕਰ ਲਿਆ ਹੁੰਦਾ ਪਰ ਉਹ ਜਦੋਂ ਕੋਈ ਰਿਲੀਜੀਅਸ ਇਸ਼ੂ ਦੀ ਜਦੋਂ ਆਪਾਂ ਕੋਈ ਸਲੋਗਨ ਦਿੰਦੇ ਹਾਂ ਜਦੋਂ ਆਪਣੇ ਕਹਿੰਦੇ ਧਰਮ ਦੇ ਨੇੜੇ ਨਾਰੇ ਨੇ ਉਹਨੂੰ ਜਦੋਂ ਕੋਈ ਰਿਸਪੈਕਟਫੁਲੀ ਉਹਦਾ ਰਿਸਪੋਂਸ ਨਹੀਂ ਦਿੰਦਾ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਇਗਨੋਰ ਕਰ ਜਾਂਦੇ ਨੇ ਬਹੁਤ ਸਾਰੇ ਲੋਕ ਹੁੰਦੇ ਨੇ ਕਿ ਉਹ ਕਿੰਤੂ ਪਰੰਤੂ ਕਰਦੇ ਨੇ ਪਰ ਤੁਹਾਨੂੰ ਉਸ ਵੇਲੇ ਕੀ ਹੋਇਆ ਕਿ ਤੁਸੀਂ ਵੀ ਕਿਹਾ ਕਿ ਜੇ ਐਡਾ ਵੱਡਾ ਮਾਸ ਮੈਰਿਜ ਦੇ ਉੱਤੇ ਆਪਾਂ ਆਏ ਹਾਂ ਉਹਨੂੰ ਇੱਕ ਮੇਲਾ ਨਾ ਬਣਾ ਲਈਏ ਜੇ ਉੱਥੇ ਧਰਮ ਇਨਵੋਲਵ ਹੈ ਜੇ ਧਾਰਮਿਕ ਰੀਤੀ ਰਿਵਾਜ਼ਾਂ ਦੇ ਨਾਲ ਅਸੀਂ ਉਹਨੂੰ ਸੰਪੰਨ ਕਰ ਰਹੇ ਹਾਂ ਉਸ ਕਿਰਿਆ ਨੂੰ ਤਾਂ ਉਹਦੇ ਵਿੱਚ ਧਰਮ ਨੂੰ ਆਪਾਂ ਪਿੱਛੇ ਨਾ ਰਹਿਣ ਦਈਏ ਉਹ ਕੀ ਚੀਜ਼ ਤੁਹਾਡੇ ਦਿਮਾਗ 'ਚ ਆਈ ਮੈਨੂੰ ਬੇਸਿਕ ਪ੍ਰਿੰਸੀਪਲ ਸਾਡੇ ਗੁਰੂ ਮਹਾਰਾਜ ਜੀ ਨੇ ਜਿਹੜੇ ਸਾਡੇ ਸੰਤ ਮਹਾਤਮਾ ਹੋਏ ਆ ਦਸੇ ਪਾਤਸ਼ਾਹੀਆਂ ਹੋਈਆਂ ਜਾਂ ਸਾਡੇ ਸਿੰਘ ਹੋਏ ਹਮੇਸ਼ਾ ਇਹ ਸੁਣਿਆ ਜੀ ਕਿ ਇੱਕ ਸਿੰਘ ਜਕਾਰਾ ਬੋਲੇ ਜੀ ਤੇ ਸਾਰੇ ਪਿੰਡ 'ਚ ਸ਼ਹਿਰ 'ਚ ਸੁਣਦਾ ਜੀ ਤੇ ਜੇ 2.5 ਲੱਖ ਤੋਂ ਉੱਤੇ ਸੰਗਤ ਬੈਠੀ ਹੋਵੇ ਤਾਂ ਤੁਹਾਨੂੰ 10 ਮੀਟਰ 'ਤੇ ਜਕਾਰਾ ਨਾ ਸੁਣੇ ਉਹ ਵੀ ਸਪੀਕਰ ਦੇ ਵਿੱਚ ਤਾਂ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ ਜਾਂ ਬੋਲਣ ਵਾਲੇ ਦੇ ਵਿੱਚ ਕਮਜ਼ੋਰੀ ਹੈ ਜਾਂ ਸੁਣਨ ਵਾਲਿਆਂ 'ਚ ਕਮਜ਼ੋਰੀ ਹੈ ਤਾਂ ਮੈਨੂੰ ਇੱਕ ਥੋੜ੍ਹਾ ਜਿਹਾ ਦੁੱਖ ਮਹਿਸੂਸ ਹੋਇਆ ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਇਹ ਗੱਲ ਸੱਚੀ ਹੈ ਜਦੋਂ ਸਿੰਘ ਕੋਈ ਵੀ ਆਪਣੇ ਦਿਲ 'ਚੋਂ ਜਕਾਰਾ ਬੁਲਾਉਂਦਾ ਤਾਂ ਉਹ ਪੂਰੇ ਪਿੰਡ 'ਚ ਸੁਣਦਾ ਜੀ ਬਿਲਕੁਲ ਸ਼ਹਿਰ 'ਚ ਸੁਣਦਾ ਅਤੇ ਇੰਨੀ ਸੰਗਤ ਅਤੇ ਬਾਬਾ ਹਜ਼ੂਰ ਸਾਹਿਬ ਦੇ ਬਾਬਾ ਜੀ ਮੇਰੇ ਤੋਂ ਪਹਿਲੇ ਭਾਸ਼ਣ ਦੇ ਰਹੇ ਸੀ ਜਾਂ ਬੋਲ ਰਹੇ ਸੀ ਗੁਰੂ ਦੀ ਹਜ਼ੂਰੀ ਦੇ ਵਿੱਚ ਅਤੇ ਉਹਨਾਂ ਨੇ 2 ਵਾਰ ਸੰਗਤ ਨੂੰ ਰਿਕੁਐਸਟ ਕੀਤੀ ਜਕਾਰਾ ਬੁਲਾਉਣ ਦੀ ਅਤੇ ਮੈਂ ਥੋੜ੍ਹਾ ਜਿਹਾ ਨਾਲ ਹੀ ਬੈਠਾ ਸੀ ਅਤੇ ਮੈਨੂੰ ਉਹ ਦੇਖਿਆ ਆਵਾਜ਼ ਨਹੀਂ ਆਈ ਸਾਰੀ ਸੰਗਤ ਦੀ ਅਤੇ ਉਸ ਤੋਂ ਬਾਅਦ ਉਹ ਮੈਨੂੰ ਓਨਰ ਕਰ ਰਹੇ ਸੀ ਇੱਕ ਤਾਂ ਪਹਿਲਾਂ ਇਹ ਬੜਾ ਹੰਬਲਿੰਗ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚ ਤੁਹਾਨੂੰ ਬੈਠਣ ਦਾ ਮੌਕਾ ਮਿਲਿਆ ਔਰ ਪਿਆਰੀ ਸਾਧ ਸੰਗਤ ਦੇ ਵਿੱਚ ਬੈਠਣ ਦਾ ਤੁਹਾਨੂੰ ਮੌਕਾ ਮਿਲਿਆ ਅਤੇ ਗੁਰੂ ਨੇ ਹੀ ਮੈਨੂੰ ਇਹ ਆਵਾਜ਼ ਦਿੱਤੀ ਕਿ ਤੂੰ ਭਾਈ ਇਹਨਾਂ ਨੂੰ ਕਹਿ ਦੇ ਤਾਂ ਬਾਬਾ ਜੀ ਜਾ ਰਹੇ ਸੀ ਮੈਂ ਉਹਨਾਂ ਨੂੰ ਵਾਪਸ ਮੈਂ ਕਿਹਾ ਬਾਬਾ ਜੀ ਆ ਜਾਓ ਤੁਸੀਂ ਨਾਰਾਜ਼ ਹੋ ਕੇ ਨਾ ਕਿਤੇ ਚਲੇ ਜਾਇਓ ਸੰਗਤ 'ਤੇ ਅਤਾਵਲੀ ਪਈ ਆ ਜਕਾਰਾ ਬੁਲਾਉਣ ਲਈ ਅਤੇ ਮੈਂ ਕਿਹਾ ਸੰਗਤ ਨੂੰ ਰਿਕੁਐਸਟ ਕੀਤੀ ਕਿ ਦੇਖੋ ਸਾਡੇ ਧਰਮ 'ਚ ਆਮ ਕਿਹਾ ਗਿਆ ਕਿ ਇੱਕ ਸਿੰਘ ਜਕਾਰਾ ਬੋਲੇ ਅਤੇ ਉਹ ਸਾਰੇ ਪਿੰਡ 'ਚ ਸੁਣਦਾ ਅਤੇ ਇੰਨੀ ਸੰਗਤ ਹੋਵੇ ਬੈਠੀ ਉਹਦਾ ਜਕਾਰਾ ਇੰਨਾ ਹੋਣਾ ਚਾਹੀਦਾ ਕਿ ਸਾਰੇ ਕੰਟਰੀ 'ਚ ਸੁਣੇ ਅਤੇ ਜਕਾਰਾ ਵੀ ਬੁਲਾਇਆ ਦੂਸਰਾ ਵੀ ਤੀਸਰਾ ਵੀ ਅਤੇ ਸੰਗਤ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਜਿੰਨੇ ਵੀ ਬਾਕੀ ਵਿਦਵਾਨ ਬੈਠੇ ਸੀ ਉਹਨਾਂ ਨੂੰ ਵੀ ਨਿਰਾਸ਼ ਨਹੀਂ ਹੋਣ ਦਿੱਤਾ ਉਸ ਜਕਾਰੇ ਦੀ ਆਵਾਜ਼ ਉਹ ਕਹਿੰਦੇ ਦੁਨੀਆ ਤੱਕ ਹੀ ਪਹੁੰਚ ਗਈ ਕਿਉਂਕਿ ਕੁਛ ਜਿਹੜੇ ਉੱਥੇ ਸੁਣਦੇ ਸੀ ਬਾਕੀ ਜਿਨ੍ਹਾਂ ਨੇ ਰਿਕਾਰਡ ਕਰਕੇ ਫੇਸਬੁੱਕ 'ਤੇ ਅਤੇ ਦੂਸਰੀਆਂ ਜਗ੍ਹਾ 'ਤੇ ਪਾਤੀ ਸੋਸ਼ਲ ਮੀਡੀਆ 'ਤੇ ਤਾਂ ਦੁਨੀਆ 'ਚ ਪਹੁੰਚ ਗਈ ਨਾ ਆਵਾਜ਼ ਬਿਲਕੁਲ ਅਤੇ ਮੈਂ ਉਸ ਸੱਚੇ ਪਾਤਸ਼ਾਹ ਦਾ ਬੜਾ ਸ਼ੁਕਰਗੁਜ਼ਾਰ ਹਾਂ ਲੇਕਿਨ ਮੈਂ ਉਸ ਮੌਕੇ ਨੂੰ ਨਹੀਂ ਸੀ ਛੱਡਣਾ ਚਾਹੁੰਦਾ ਕਿ ਮੈਂ ਵੀ ਨਿਰਾਸ਼ ਹੋ ਕੇ ਗੁਰੂ ਦੇ ਘਰ 'ਚੋਂ ਜਾਂ ਗੁਰੂ ਦੇ ਚਰਨਾਂ 'ਚੋਂ ਨਾ ਆਵਾਂ ਅਤੇ ਜਾਂ ਜੋ ਗੁਰੂ ਦਾ ਹੁਕਮ ਹੈ ਉਹ ਵੀ ਕਹਿ ਕੇ ਜਾਵਾਂ ਬਾਬਾ ਜੀ ਮੇਰੇ ਹਿਸਾਬ ਨਾਲ ਬਹੁਤੇ ਲੋਕ ਤੁਹਾਨੂੰ ਇਸ ਕਰਕੇ ਵੀ ਪਿਆਰ ਕਰਦੇ ਨੇ ਕਿ ਤੁਸੀਂ ਜਿਹੜੀ ਉਹ ਗੱਲ ਦਿਲ 'ਚ ਨਹੀਂ ਰੱਖਦੇ ਜੋ ਇਹ ਗੁੱਸਾ ਹੈਗਾ ਅਤੇ ਸਾਹਮਣੇ ਜਿਹੜਾ ਕਹਿ ਦੇਣਾ ਭਾਵੇਂ ਅਗਲੇ ਨੂੰ ਪਤਾ ਲੱਗ ਜਾਏ ਇਹ ਆਪਣੇ ਸਮਝ ਦੀ ਗੱਲ ਹੈ ਬਹੁਤ ਸਾਰੇ ਲੋਕ ਜਿਹੜੇ ਆਪਣਾ ਰਿਲੇਸ਼ਨ ਨੂੰ ਬਚਾਉਣ ਵਾਸਤੇ ਆਪਣੀ ਰਿਸਪੈਕਟ ਨੂੰ ਕਈ ਵਾਰੀ ਕਹਿੰਦੇ ਨੇ ਕਿ ਮੈਂ ਕੀ ਖਾਮ ਖਾਂ ਇਹ 'ਚੋਂ ਲੈਣਾ ਪਰ ਤੁਹਾਡੀ ਇਹ ਸਿਫਤ ਹੈਗੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਕੋਈ ਗਲਤ ਹੋ ਰਿਹਾ ਤਾਂ ਕਹਿ ਦਿਓ ਅਗਲਾ ਭਾਵੇਂ 5 ਮਿੰਟ ਲਈ ਗੁੱਸਾ ਕਰੇ ਲੇਕਿਨ ਬਾਅਦ 'ਚ ਉਹ ਜਾ ਕੇ ਸੋਚਦਾ ਕਿ ਨਹੀਂ ਯਾਰ ਇਹ ਠੀਕ ਕਿਹਾ ਸੀ ਇਹ ਮੈਨੂੰ ਚੰਗਾ ਗਾਈਡ ਕੀਤਾ ਅਤੇ ਜਦੋਂ ਆਪਾਂ ਦੀਪਾ ਜੀ ਇਹ ਪੂਰਾ ਸਿਨੈਰੀਓ ਵੇਖਦੇ ਹਾਂ ਕਿਉਂਕਿ ਹੁਣ ਈਵੈਂਟ ਜਿਹੜਾ ਉਹ ਖਤਮ ਹੋ ਚੁੱਕਾ 5 ਸ਼ਹਿਰ ਜਿਹੜੇ ਨੇ ਦੱਸਿਆ ਕਿ ਉਹ ਅਡੋਪਟ ਕਰ ਲੈਣੇ
ਤੇ ਹੁਣ ਅੱਗੇ ਤੋਂ ਜਿਹੜੀ ਤੁਹਾਡੀ ਕਿਸ ਤਰ੍ਹਾਂ ਦੀ ਵਿਉਂਤ ਹੈਗੀ ਹੈ ਕਿ ਇਹ ਸਿਰਫ ਇੱਕ ਟ੍ਰਿਪ ਤੱਕ ਹੀ ਜਾ ਕੇ ਜਿਹੜਾ ਉਹ ਖਤਮ ਹੋ ਜਾਏਗਾ ਜਾਂ ਇਸ ਤੋਂ ਬਾਅਦ ਹੁਣ ਜਿਹੜੇ ਲਗਾਤਾਰ ਐਫਰਟ ਕੀਤੇ ਜਾਣਗੇ ਕਿ ਜਿਸ ਤਰੀਕੇ ਨਾਲ ਜਿੰਨੀ ਸਪੀਡ ਨਾਲ ਇਹ ਕੰਮ ਕੀਤਾ ਗਿਆ ਉਹਨੂੰ ਹੋਰ ਤੇਜ਼ ਕੀਤਾ ਜਾਵੇ? ਨਹੀਂ, ਇਹ ਹੁਣ ਇਹ ਜਿਹੜਾ ਕੰਮ ਹੈ ਹੋਰ ਵੀ ਤੇਜ਼ ਨਾਲ ਹੋਊਗਾ ਕਿਉਂਕਿ ਹੁਣ ਦੋ ਵੱਡੀਆਂ ਸੰਸਥਾਵਾਂ ਇਕੱਠੀਆਂ ਮਿਲ ਗਈਆਂ ਆਪਸ ਜੀ, ਅਤੇ ਉਹਨਾਂ ਦੇ ਜਿਹੜੇ ਪ੍ਰਿੰਸੀਪਲਸ ਆ ਜਿਨ੍ਹਾਂ ਦੇ ਹਿਸਾਬ ਨਾਲ ਉਹ ਕੰਮ ਕਰ ਰਹੇ ਸੀ ਔਰ ਜਿਹੜੇ ਸਾਡੇ ਆਈਡੀਆ ਜੋ ਜਿਨ੍ਹਾਂ ਸਿਧਾਂਤਾਂ 'ਤੇ ਅਸੀਂ ਕੰਮ ਕਰ ਰਹੇ ਸੀ ਵੀ ਗੈਟ ਟੂਗੈਦਰ, ਅਤੇ ਹੁਣ ਅਸੀਂ ਉਹਦੀ ਉਹ ਸਟ੍ਰੈਟਜੀ ਬਣਾ ਕੇ ਇਸ ਚੀਜ਼ ਨੂੰ ਹੋਰ ਵੀ ਜ਼ਿਆਦਾ ਉੱਪਰ ਲੈ ਕੇ ਜਾਵਾਂਗੇ। ਚਲੋ, ਇਹ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਇਹ ਲੋੜ ਵੀ ਹੈਗੀ ਅੱਜ ਦੇ ਮੌਕੇ ਦੀ, ਕਿਉਂਕਿ ਜੇ ਵੱਡੀਆਂ ਸੰਸਥਾਵਾਂ ਆ ਕੇ ਜੁੜਦੀਆਂ ਨੇ ਤਾਂ ਉਹਦਾ ਇੱਕ ਇੰਪੈਕਟ ਬਹੁਤ ਵੱਡਾ ਹੁੰਦਾ ਅਤੇ ਉਹਦੇ ਨਾਲ ਇੱਕ ਵੱਡੀ ਚੇਂਜ ਜਿਹੜੀ ਅਸੀਂ ਲੈ ਕੇ ਆ ਸਕਦੇ ਹਾਂ। ਅਤੇ ਬੋਬੀ ਜੀ, ਜਾਂਦੇ ਜਾਂਦੇ ਜਿਹੜਾ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਵਿਊਅਰਸ ਹੈਗੇ ਨੇ ਜੇ ਕੋਈ ਤੁਹਾਡੀ ਸੰਸਥਾ ਦੇ ਨਾਲ ਫਰੈਂਡਸ ਫੋਰ ਗੁੱਡ ਹੈਲਥ ਨਾਲ ਜੁੜਨਾ ਚਾਹੁੰਦੇ ਨੇ ਜਾਂ ਪੰਜਾਬ ਦੇ ਵਿੱਚ ਕੋਈ ਐਕਟੀਵਿਟੀ ਕਰਨਾ ਚਾਹੁੰਦੇ ਨੇ ਤਾਂ ਕੀ ਮੈਸੇਜ ਹੈ ਤੁਹਾਡਾ ਉਹਨਾਂ ਦੇ ਲਈ? ਪਹਿਲਾਂ ਤਾਂ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਸੁਣਨ ਵਾਲਿਆਂ ਦਾ, ਅਤੇ ਫਿਰ ਵੀ ਮੈਂ ਉਹਨਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣੀਆਂ ਚਾਹੁੰਦਾ। ਆਪਣੀ ਆਪਣੀ ਜਗ੍ਹਾ 'ਤੇ ਜਿੱਦਾਂ ਦੀ ਵੀ ਸੇਵਾ ਤੁਸੀਂ ਕਰ ਸਕਦੇ ਹੋ ਜ਼ਰੂਰ ਕਰੋ, ਚਾਹੇ ਕਿਸੇ ਸੰਸਥਾ ਨਾਲ ਜੁੜ ਕੇ ਕਰੋ ਚਾਹੇ ਇਕੱਲੇ ਕਰੋ, ਉਹਦਾ ਅਸਰ ਜ਼ਰੂਰ ਹੁੰਦਾ। ਅਗਰ ਤਾਂ ਤੁਸੀਂ ਇਸ ਭਾਵਨਾ ਨਾਲ ਕਰਨੇ ਚਾਹੁੰਦੇ ਹੋ ਕਿ ਅਸੀਂ ਸੇਵਾ ਕਰਨੀ ਹੈ ਅਤੇ ਇਹਦਾ ਫਲ ਨਹੀਂ ਲੱਭਣਾ, ਫਿਰ ਤੁਸੀਂ ਜਿੱਥੇ ਮਰਜ਼ੀ ਕਰੀ ਜਾਓ, ਉਹ ਚਾਹੇ ਸੰਸਥਾ ਨਾਲ ਰਲ ਕੇ ਕਰੋ ਚਾਹੇ ਇਕੱਲੇ ਕਰੋ। ਇਕੱਲੇ ਦੇ ਵਿੱਚ ਵੀ ਉਨੀ ਤਾਕਤ ਹੈ ਜਿੰਨੀ ਸੰਸਥਾ ਦੇ ਨਾਲ ਹੈ, ਉਹਦਾ ਮਤਲਬ ਜਿਹੜਾ ਉਹ ਸਹੀ ਹੋਣਾ ਚਾਹੀਦਾ, ਤੁਹਾਡਾ ਮਤਲਬ ਸੇਵਾ ਕਰਨ ਦਾ ਹੋਣਾ ਚਾਹੀਦਾ। ਵੈਸੇ ਤਾਂ ਮੈਂ ਪਹਿਲੇ ਵੀ ਸੇਵਾ ਬਾਬਾ ਕਸ਼ਮੀਰਾ ਸਿੰਘ ਜੀ ਦੇ ਨਾਲ ਜਲੰਧਰ ਅਤੇ ਸੁਬਾਨਪੁਰ ਵੀ ਕਰ ਰਿਹਾ ਸੀ। ਦੇਖੋ ਮੈਂ ਸੇਵਾ ਦੀ ਗੱਲ ਦੱਸਾਂ, ਮੇਰੇ ਕੋਲ ਹੁਣੇ ਇੱਕ ਸੱਜਣ ਮਿੱਤਰ ਆਪਣੇ ਇਸ ਰਣਵੀਰ ਸਿੰਘ ਜੀ ਸੁਬਾਨਪੁਰ ਜਿਹੜੇ ਉੱਥੇ ਇਨਵੋਲਵ ਵੀ ਹੈਗੇ ਆ ਮੱਖਣ ਸ਼ਾਹ ਲਵਾਣਾ ਗੁਰਦੁਆਰਾ 'ਚ, ਉਹ ਆਏ ਮੈਨੂੰ ਕਹਿੰਦੇ ਬਾਬੀ ਜੀ ਤੁਸੀਂ ਬੜਾ ਚੰਗਾ ਕੰਮ ਕਰਕੇ ਆਏ ਹੋ ਅਤੇ ਅਸੀਂ ਤੁਹਾਡੀ ਨਾਲ ਨਾ ਕੁਝ ਸੇਵਾ 'ਚ ਹਿੱਸਾ ਪਾਉਣਾ ਚਾਹੁੰਦੇ ਹਾਂ। ਮੈਂ ਕਿਹਾ ਰਘਵੀਰ ਭਾਅ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ, ਲੇਕਿਨ ਸਾਨੂੰ ਸੇਵਾ ਦੀ ਜ਼ਰੂਰਤ ਨਹੀਂ ਹੈ, ਸੇਵਾ ਤੁਸੀਂ ਵੈਸੇ ਕਰੀ ਜਾਓ ਜਿੱਥੇ ਕਰਦੇ ਹੋ, ਅਤੇ ਜਦੋਂ ਅਸੀਂ ਕਰਨ ਜਾਵਾਂਗੇ ਤੁਸੀਂ ਸਾਡੇ ਨਾਲ ਆ ਜਾਣਾ। ਬਿਲਕੁਲ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਿਸੇ ਤੋਂ ਕੋਈ ਪੈਸਾ ਨਾ ਲਈਏ ਕਿਸੇ ਤਰ੍ਹਾਂ ਦਾ ਵੀ, ਕਿਉਂਕਿ ਪੈਸੇ ਦੇ ਨਾਲ ਫਿਰ ਕੰਮ ਖਰਾਬ ਹੋ ਜਾਂਦੇ ਆ। ਅਸੀਂ ਸੇਵਾ ਕਰਦੇ ਹਾਂ, ਜਿਹਨੇ ਸੇਵਾ ਕਰਨੀ ਆ ਜਿਹਨੇ ਦਵਾਈਆਂ ਦੇਣੀਆਂ ਉੱਥੇ ਦਵਾਈਆਂ ਦੇਣ ਆ ਜਾਏ, ਜਿਹੜੇ ਡਾਕਟਰ ਨੇ ਸੇਵਾ ਕਰਨੀ ਹੈ ਉਹ ਸੇਵਾ ਕਰਨ ਆ ਜਾਏ, ਜਿਹਨੇ ਵਾਲੰਟੀਅਰ ਦਾ ਕੰਮ ਕਰਨਾ। ਅਸੀਂ ਔਰਗਨਾਈਜ਼ ਜ਼ਰੂਰ ਕਰਦੇ ਹਾਂ ਜੀ, ਜਿਹਨੇ ਵੀ ਸੇਵਾ ਕਰਨੀ ਉਹ ਸਿੱਧੀ ਭੇਜੇ ਸਾਡੀ ਔਰਗਨਾਈਜੇਸ਼ਨ ਨੂੰ, ਅਸੀਂ ਕੋਈ ਕਿਸੇ ਤਰ੍ਹਾਂ ਦਾ ਫੰਡ ਨਹੀਂ ਲੈਂਦੇ। ਬਿਲਕੁਲ, ਸਿਆਣੇ ਹੀ ਆਖਦੇ ਨੇ ਕਿ ਮੈਂ ਇਕੱਲਾ ਤੁਰਦਾ ਤਾਂ ਰਾਹ ਬਣਦੇ ਨੇ, ਪਰ ਜਦੋਂ ਕਾਫਲੇ ਤੁਰਦੇ ਨੇ ਤਾਂ ਆਪਣੇ ਆਪ 'ਚ ਬ੍ਰਿਜ ਬਣਦੇ ਨੇ, ਅਤੇ ਉਹ ਬ੍ਰਿਜ ਜਿਹੜਾ ਇਹਨਾਂ ਦੇ ਵੱਲੋਂ ਬਣਾਇਆ ਗਿਆ ਬਹੁਤ ਸੋਹਣਾ ਜਿਹੜਾ ਇੱਕ ਉਪਰਾਲਾ ਕੀਤਾ ਗਿਆ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਅਗਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਆਈਡੀਆ ਹੈਗਾ ਜਾਂ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਕਰ ਰਹੇ ਹੋ ਤਾਂ ਜ਼ਰੂਰ ਸਾਨੂੰ ਉਹਦੇ ਬਾਰੇ ਅਵਗਤ ਕਰਾਓ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਉਸ ਪ੍ਰੋਜੈਕਟ ਨੂੰ ਤੁਹਾਡੇ ਉਸ ਆਈਡੀਏ ਨੂੰ ਜਿਹੜਾ ਜ਼ਰੂਰ ਅਸੀਂ ਪੂਰੀ ਦੁਨੀਆ ਤੱਕ ਲੈ ਕੇ ਚੱਲੀਏ, ਆਪਣੇ ਸੰਗੀਤ ਸਾਥੀਆਂ ਤੱਕ ਲੈ ਕੇ ਚੱਲੀਏ ਕਿ ਅਸੀਂ ਇੱਕ ਨਵੀਂ ਨੁਹਾਰ ਜਿਹੜੀ ਲੈ ਕੇ ਆਈਏ, ਇੱਕ ਨਵਾਂ ਸਮਾਜ ਜਿਹੜਾ ਉਹ ਸਿਰ ਸਕੀਏ, ਕਿਉਂਕਿ ਸਾਡੇ ਵੀ ਫਰਜ਼ ਬਣਦੇ ਨੇ। ਜੇ ਧਰਤੀ ਨੇ ਸਾਡਾ ਇਸ ਸਮੇਂ ਬੋਲ ਚੁੱਕਿਆ ਤਾਂ ਸਾਡਾ ਵੀ ਇੱਕ ਲੋੜ ਹੈਗੀ ਹੈ ਕਿ ਅਸੀਂ ਜੇ ਸਾਨੂੰ ਰੱਬ ਨੇ ਬਲ ਬਖਸ਼ਿਆ ਤਾਂ ਅਸੀਂ ਮਿਹਨਤ ਕਰਕੇ ਜਿਹੜਾ ਅਸੀਂ ਜ਼ਰੂਰ ਆਪਣੇ ਸਮਾਜ ਉਸ ਧਰਤੀ ਦਾ ਜਿਹੜਾ ਕੁਛ ਜੋ ਕੁਛ ਉਹਨੇ ਸਾਨੂੰ ਦਿੱਤਾ ਅਸੀਂ ਉਸਨੂੰ ਕੁਛ ਨਾ ਕੁਛ ਜਿਹੜਾ ਵਾਪਸ ਕਰ ਸਕੀਏ। ਕੁਦਰਤ ਦਾ ਅਸੀਂ ਜਿਹੜਾ ਜੋ ਕੁਛ ਸਾਨੂੰ ਕੁਦਰਤ ਨੇ ਦਿੱਤਾ ਉਹ ਤਾਂ ਅਸੀਂ ਕਦੀ ਵੀ ਉਸਦਾ ਜਿਹੜਾ ਮੁੱਲ ਨਹੀਂ ਦੇ ਸਕਦੇ, ਪਰ ਇੱਕ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਜਿੰਦੇ ਜਾ ਜਿਹੜੇ ਆ ਕੁਛ ਨਾ ਕੁਛ ਇਹੋ ਜਿਹਾ ਕਰ ਜਾਈਏ ਕਿ ਦੁਨੀਆ ਜਿਹੜੀ ਹੈ ਰਹਿੰਦੀ ਦੁਨੀਆ ਤੱਕ ਜਿਹੜਾ ਸਾਨੂੰ ਕਿਤੇ ਨਾ ਕਿਤੇ ਜਿਹੜਾ ਉਹ ਯਾਦ ਕੀਤਾ ਜਾਵੇ। ਸੋ ਬੋਬੀ ਜੀ, ਤੁਹਾਡਾ ਇੱਥੇ ਆਉਣ ਵਾਸਤੇ ਅਤੇ ਦੀਪਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ਾਇਦ ਕੁਛ ਐਡ ਕਰਨਾ ਚਾਹੋਗੇ? ਯੈਸ ਆਈ ਡੂ, ਮੈਂ ਇੱਕ ਫਿਰ ਵਾਪਸ ਦੁਬਾਰਾ ਜੀ ਤੁਹਾਡਾ ਮਨੀਸ਼ ਜੀ ਅਤੇ ਤੁਹਾਡੇ ਪੰਜਾਬ ਦਾ ਪ੍ਰੋਗਰਾਮ ਦਾ ਥੈਂਕ ਯੂ ਕਰਨਾ ਚਾਹੁੰਦਾ। ਮੈਂ ਬਾਬਾ ਲੱਖਾ ਸਿੰਘ ਜੀ ਦਾ, ਕਲੇਰਾਂ ਵਾਲਿਆਂ ਦਾ ਅਤੇ ਜਿੰਨੇ ਵੀ ਉਹਨਾਂ ਦੇ ਔਰਗਨਾਈਜੇਸ਼ਨ ਦੇ ਇਨਵੋਲਵ ਹੈ, ਸਾਡੇ ਸਾਰੇ ਗੁਰੂ ਧਾਮਾਂ ਦੇ ਜਿਹੜੇ ਲੀਡਰ ਆਏ ਸੀ ਉਹ ਵੀ ਇਸ ਚੀਜ਼ 'ਚ ਇਨਵੋਲਵ ਹੋਣਾ ਚਾਹੁੰਦੇ ਆ ਇੱਕ ਸੰਗਤ ਦੀ ਸੇਵਾ ਕਰਨ ਲਈ। ਇਹ ਸਾਡਾ ਫਰਜ਼ ਹੈ, ਅਸੀਂ ਉਹਨੂੰ ਫਰਜ਼ ਨੂੰ ਅਗਰ ਨਿਭਾਈਏ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਮੇਰੀ ਵੀ ਕਿਸੇ ਨੇ ਦੁੱਖ ਸਮੇਂ ਮਦਦ ਕੀਤੀ ਸੀ ਅਤੇ ਮੈਂ ਇਹ ਆਪਣਾ ਫਰਜ਼ ਸਮਝਦਾ ਕਿ ਅਸੀਂ ਉਹ ਸੇਵਾ ਕਰੀਏ। ਮੈਂ ਆਪਣੇ ਜਿੰਨੇ ਵੀ ਸਾਡੇ ਬੋਰਡ ਆਫ ਡਾਇਰੈਕਟਰ ਹੈ ਉਹਨਾਂ ਦਾ ਅਤੇ ਡਾਕਟਰਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ, ਕਿਉਂਕਿ ਉਹਨਾਂ ਦੇ ਕੰਮ ਉਹਨਾਂ ਦੀ ਮਿਹਨਤ ਦੇ ਨਾਲ ਹੀ ਇਸ ਔਰਗਨਾਈਜੇਸ਼ਨ ਨੂੰ ਚੱਲਦਾ। ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਉਹਦੇ 'ਚ।
ਬਿਲਕੁਲ ਬੋਵੀ ਜੀ ਦੇ ਇਸੇ ਹੀ ਨੋਟ ਦੇ ਉੱਤੇ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਕਿ ਕਿਸੇ ਸਮੇਂ ਕਿਸੇ ਨੇ ਇਹਨਾਂ ਦੀ ਮਦਦ ਕੀਤੀ ਸੀ ਅਤੇ ਅੱਜ ਪੂਰੀ ਕੋਸ਼ਿਸ਼ ਹੈ ਕਿ ਉਸ ਮਦਦ ਨੂੰ ਮੈਂ ਅੱਗੇ ਤੱਕ ਲੈ ਕੇ ਜਾਵਾਂ ਅਤੇ ਜ਼ਰੂਰ ਇਸ ਤਰ੍ਹਾਂ ਦਾ ਕੁਛ ਕਰੋ ਕਿ ਤੁਸੀਂ ਜਿਹੜੇ ਨੇ ਕਿਸੇ ਦਾ ਕਿਤੇ ਹੱਲ ਜਿਹੜਾ ਹੱਥ ਫੜ ਕੇ ਉਸਨੂੰ ਅੱਗੇ ਲੈ ਕੇ ਚੱਲੋ ਤਾਂ ਜੋ ਉਹ ਕੱਲ੍ਹ ਨੂੰ ਕਿਸੇ ਹੋਰ ਦਾ ਹੱਥ ਫੜ ਕੇ ਜਿਹੜਾ ਅੱਗੇ ਲੈ ਕੇ ਜਾ ਸਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।